ਲੋਕ ਸਭਾ ਇਲੈਕਸ਼ਨ ਵਿੱਚ ਕਾਂਗਰਸ ਨੇ ਪੰਜਾਬ ਅੰਦਰ ਬਹੁਤ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਗੱਲ ਕਰ ਲਈਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਲਗਾਤਾਰ ਤੀਸਰੀ ਵਾਰ ਅੰਮ੍ਰਿਤਸਰ ਦੇ ਲੋਕਾਂ ਨੇ ਗੁਰਜੀਤ ਸਿੰਘ ਔਜਲਾ ਨੂੰ ਜਿੱਤ ਦੀ ਹੈਟ੍ਰਿਕ ਦਵਾਈ ਹੈ ਅਤੇ ਇਸ ਜਿੱਤ ਵਿੱਚ ਓ ਬੀ ਸੀ ਮੋਰਚਾ ਦੀ ਬੜੀ ਅਹਿਮ ਭੂਮਿਕਾ ਰਹੀ ਹੈ। ਮੇਰੇ ਨਾਲ ਪੰਜਾਬ ਓ ਬੀ ਸੀ ਮੋਰਚਾ ਅਤੇ ਕਾਂਗਰਸ ਦੇ ਪ੍ਰਧਾਨ ਨੇ ਸਰਬਜੀਤ ਸਿੰਘ ਜੰਡਿਆਲਾ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਕਿਸਾਂ ਦਾ ਮਾਹੌਲ ਰਿਹਾ ਪੂਰਾ? ਤੁਸੀਂ ਦੋ ਹਲਕਿਆਂ ਵਿੱਚ ਡਿਊਟੀ ਦਿੱਤੀ ਹੈ ਅਤੇ ਕਿਸਾਂ ਦਾ ਮਾਹੌਲ ਦੇਖਿਆ ਸੀ ਔਰ ਜਿਹੜੀ ਕਿੰਨੀ ਕੁ ਵਧੀਆ ਭੂਮਿਕਾ ਜਿਹੜੀ ਓ ਬੀ ਸੀ ਮੋਰਚੇ ਨੇ ਨਿਭਾਈ ਹੈ ਪੰਜਾਬ ਅੰਦਰ? ਸਭ ਤੋਂ ਪਹਿਲਾਂ ਤਾਂ ਸਿਕੰਦਰ ਜੀ, ਤੁਹਾਡਾ ਔਰ ਦੈਨਿਕ ਸਵੇਰਾ ਦੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਔਰ ਗੱਲ ਰਹੀ ਲੋਕ ਸਭਾ ਅੰਮ੍ਰਿਤਸਰ ਔਰ ਲੋਕ ਸਭਾ ਖਡੂਰ ਸਾਹਿਬ ਦੀ, ਬਹੁਤ ਵਧੀਆ ਤਰੀਕੇ ਨਾਲ ਆਪਣੀ ਭੂਮਿਕਾ ਨਿਭਾਈ ਆ। ਪਾਰਟੀ ਨੇ ਡਿਊਟੀ ਲਾਈ ਸੀਗੀ ਔਰ ਅਸੀਂ ਰਾਤ ਦਿਨ ਮਿਹਨਤ ਕੀਤੀ ਅਤੇ ਜਿਹੜਾ ਤੁਸੀਂ ਦੇਖ ਲਿਆ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਗੁਰੂ ਨਗਰੀ ਤੋਂ ਤੀਸਰੀ ਵਾਰ ਸਰਦਾਰ ਗੁਰਜੀਤ ਸਿੰਘ ਔਜਲਾ ਨੂੰ ਜਿਹੜਾ ਬਹੁਤ ਵੱਡੀ ਲੀਡ ਨਾਲ ਜਿਹੜੀ ਜਿੱਤ ਮਿਲੀ ਆ ਅਤੇ ਉਹ ਅੱਜ ਸਾਰੀ ਨਗਰੀ ਦੇ ਵਿੱਚ ਖੁਸ਼ੀ ਦੀ ਲਹਿਰ ਆ। ਅਤੇ ਇਹ ਜਿਹੜਾ ਸਾਨੂੰ ਜਦੋਂ ਟਾਈਮ ਟਾਈਮ 'ਤੇ ਕੰਮ ਕਰਨਾ ਪੈਂਦਾ ਨਾ, ਜਿੱਦਾਂ ਜੋ ਡਿਮਾਂਡ ਆ, ਜੇਕਰ ਤੁਸੀਂ ਨਹੀਂ ਕੰਮ ਕਰੋਗੇ, ਲੋਕਾਂ ਨਾਲ ਝੂਠੇ ਵਾਅਦੇ ਕਰੋਗੇ ਤਾਂ ਫਿਰ ਜ਼ਮਾਨਤਾਂ ਵੀ ਜ਼ਬਤ ਹੁੰਦੀਆਂ ਵਾਂ। ਅਤੇ ਔਜਲਾ ਸਾਹਿਬ ਨੇ ਕੰਮ ਕੀਤੇ ਸੀਗੇ ਅਤੇ ਉਹ ਜਿਹੜੇ ਦੋ ਵਾਰ ਕੰਮ ਕੀਤੇ ਸੀਗੇ ਉਹਨਾਂ ਦੇ ਬਿਹੇਵ 'ਤੇ ਹੀ ਤੀਸਰੀ ਵਾਰ ਜਿਹੜਾ ਲੋਕਾਂ ਨੇ ਉਹਨਾਂ ਨੂੰ ਜਿਹੜਾ ਵਾ ਮੌਕਾ ਦਿੱਤਾ। ਰਾਹੁਲ ਗਾਂਧੀ ਨਾਲ ਸਿੱਧੀ ਮੁਲਾਕਾਤ ਵੀ ਹੋਈ ਸੀ ਤੁਹਾਡੀ, ਕਿੰਨਾ ਕੁ ਮੋਬਲਾਈਜ਼ ਕਰਨ ਵਿੱਚ ਕਾਮਯਾਬ ਰਹੇ ਨੇ ਰਾਹੁਲ ਗਾਂਧੀ ਵਰਕਰਸ ਨੂੰ ਜਾਂ ਓ ਬੀ ਸੀ ਮੋਰਚੇ ਨੂੰ? ਦੇਖੋ, ਰਾਹੁਲ ਗਾਂਧੀ ਜੀ ਤਾਂ ਮੈਂ ਤਾਂ ਸਲੂਟ ਕਰਦਾ ਐਸੇ ਇਨਸਾਨ ਨੂੰ ਵੀ ਜਿਹੜੇ ਹਰ ਕਿਸੇ ਦੀ ਗੱਲ ਕਰਦੇ, ਖਾਸ ਕਰਕੇ ਓ ਬੀ ਸੀ ਦੀ, ਘੱਟ ਗਿਣਤੀਆਂ ਦੀ, ਐੱਸ ਸੀ ਦੀ, ਐੱਸ ਟੀ ਦੀ। ਅਤੇ ਰਾਹੁਲ ਗਾਂਧੀ ਜੀ ਤਾਂ ਕਹਿੰਦੇ ਵੀ ਜਿਸ ਦੀ ਜਿੰਨੀ ਹਿੱਸੇਦਾਰੀ ਉਸਦੀ ਉੱਨੀ ਭਾਗੇਦਾਰੀ। ਔਰ ਇਹੋ ਜਿਹੇ ਇਨਸਾਨ ਨਾਲ ਕੰਮ ਕਰਕੇ ਬਹੁਤ ਖੁਸ਼ੀ ਮਿਲਦੀ ਆ। ਔਰ ਰਾਹੁਲ ਗਾਂਧੀ ਜੀ ਜਿਸ ਦਿਨ ਇੱਥੇ ਆਏ ਸੀ ਨਾ ਅੰਮ੍ਰਿਤਸਰ, ਉਸ ਦਿਨ ਤਾਂ ਇੱਕ ਤਰਫਾ ਹੀ ਹੋ ਗਿਆ ਸੀ, ਕਿਉਂਕਿ ਕਾਂਗਰਸ ਪਾਰਟੀ ਜਿਹੜੀ ਲੜਾਈ ਲੜ ਰਹੀ ਆ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਆ, ਅਸੀਂ ਕੋਈ ਧਰਮ ਦੇ ਨਾਮ 'ਤੇ ਰਾਜਨੀਤੀ ਨਹੀਂ ਕੀਤੀ। ਔਰ ਇਸ ਲੜਾਈ ਦੇ ਵਿੱਚ ਜਿਸ ਦਿਨ ਰਾਹੁਲ ਗਾਂਧੀ ਜੀ ਆਏ, ਉਹ ਇੱਕ ਤਰਫਾ ਹੀ ਹੋ ਗਿਆ। ਲੋਕਾਂ ਨੇ ਮਨ ਬਣਾ ਲਿਆ ਸੀਗਾ ਕਿ ਜੇਕਰ ਦੇਸ਼ ਦੇ ਵਿੱਚ ਮਹਿੰਗਾਈ ਨੂੰ ਠੱਲ ਕੋਈ ਪਾ ਸਕਦਾ ਔਰ ਰੁਜ਼ਗਾਰ ਦੇ ਸਕਦਾ, ਜਿਵੇਂ ਸਾਡੇ ਨੌਜਵਾਨ ਛੱਡ ਛੱਡ ਕੇ ਬਾਹਰ ਜਾਈ ਜਾ ਰਹੇ ਆ, ਤਾਂ ਇੱਕ ਆਸ ਦੀ ਕਿਰਨ ਆ ਉਹ ਸ਼੍ਰੀ ਰਾਹੁਲ ਗਾਂਧੀ। ਅਤੇ ਇਸ ਕਰਕੇ ਜਦੋਂ ਰਾਹੁਲ ਗਾਂਧੀ ਜੀ ਆਏ ਉਹ ਤਾਂ ਇੱਕ ਤਰਫਾ ਹੀ ਹੋ ਗਿਆ ਸੀਗਾ। ਜਦੋਂ ਇਲੈਕਸ਼ਨ ਆਉਂਦੇ ਨੇ ਉਦੋਂ ਓ ਬੀ ਸੀ, ਬੀ ਸੀ, ਬਹੁਤ ਸਾਰੀ ਕਾਸਟਾਂ ਨੂੰ ਯਾਦ ਕੀਤਾ ਜਾਂਦਾ, ਪਰ ਜਦੋਂ ਇਲੈਕਸ਼ਨ ਲੰਘ ਜਾਂਦੇ ਨੇ ਤਾਂ ਫਿਰ ਲੋਕ ਉੱਥੇ ਹੀ, ਉਹਨਾਂ ਦੇ ਹੱਕ ਕਿੱਥੇ ਨੇ? ਦੇਖੋ, ਹੱਕ ਦੀ ਗੱਲ ਜੇ ਤੁਹਾਨੂੰ ਕਹੀਏ ਵੀ ਜੇ ਤਾਂ ਸਟੇਟਾਂ ਦੀ ਗੱਲ ਕਰੀਏ, 27% ਕੋਟਾ ਜਿਹੜਾ ਵਾ ਓ ਬੀ ਸੀ ਦਾ, ਉਹ ਪੰਜਾਬ 'ਚ ਤਾਂ ਕੋਈ ਗੱਲ ਹੀ ਨਹੀਂ ਕਰਦਾ, ਬਾਕੀ ਲਗਭਗ ਲਾਗੂ ਹੋ ਗਿਆ ਕਈਆਂ ਜਗ੍ਹਾ 'ਤੇ। ਔਰ ਜੇ ਇੱਥੇ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਮਤਲਬ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਪੰਜਾਬ ਦੇ ਵਿੱਚ 75 ਕਾਸਟਾਂ ਨੇ ਓ ਬੀ ਸੀ ਦੀਆਂ, ਪਰ ਜੇਕਰ ਗੱਲ ਕਾਂਗਰਸ ਦੀ ਕਰੀਏ ਤਾਂ ਇੱਕ ਅੱਜ ਆਸ ਦੀ ਕਿਰਨ ਜਾਗੀ ਆ, ਉਹ ਰਾਹੁਲ ਗਾਂਧੀ ਜੀ ਹਰ ਜਗ੍ਹਾ ਤੁਸੀਂ ਦੇਖਿਆ ਓ ਬੀ ਸੀ ਦੀ ਗੱਲ ਕਰਦੇ ਨੇ। ਔਰ ਸਾਨੂੰ ਹੁਣ ਆਸ ਆ ਵੀ ਬਹੁਤ ਜਲਦ ਜਿਹੜਾ ਸਾਡਾ ਵਾ ਪੰਜਾਬ ਦੇ ਵਿੱਚ 27% ਕੋਟਾ ਜਿਹੜਾ ਸਾਡਾ ਲਾਗੂ ਹੋ ਜਾਊ। ਲੰਮਾ ਸਮਾਂ ਕਾਂਗਰਸ ਨੇ ਦੇਸ਼ ਅੰਦਰ, ਪੰਜਾਬ ਅੰਦਰ ਰਾਜ ਕੀਤਾ, ਸੱਤਾ ਵਿੱਚ ਰਹੀ, ਪਰ ਕਿਉਂ ਕਿਉਂ ਨਹੀਂ ਹੱਕ ਦਿਵਾ ਸਕੀ ਜਿਹੜੀ ਕਿ ਓ ਬੀ ਸੀ ਅਤੇ ਬੀ ਸੀ? ਦੇਖੋ, ਸਾਡੇ ਗਾੜੀ ਨਾ ਸਾਡੇ ਆਪਣੇ ਹੀ ਟੋਏ ਪੁੱਟ ਦਿੰਦੇ ਆ, ਉੱਥੇ ਅਸੀਂ ਕਿਸੇ ਨੂੰ ਕੀ ਦੋਸ਼ੀ ਦੇਈਏ? ਜਦੋਂ ਸਾਡੇ ਜਿਹੜੇ ਨੁਮਾਇੰਦੇ ਹੁੰਦੇ ਆ ਕੁਛ, ਉਹ ਪਤਾ ਵੀ ਨਹੀਂ ਹੁੰਦਾ, ਸਾਨੂੰ ਨਹੀਂ ਪਤਾ ਹੁੰਦਾ ਕਿੱਥੋਂ ਆਉਂਦੇ ਪੈਰਾਸ਼ੂਟ ਰਾਹੀਂ ਉਹ ਗਾੜੀ ਆਉਂਦੇ ਜਦੋਂ ਤਾਂ ਸਾਡੀਆਂ ਜੜ੍ਹਾਂ ਵੱਢ ਕੇ ਗਾਂ ਜਾਂਦੇ ਆ। ਪਰ ਅਸੀਂ ਜਿਹੜੀ ਤੁਸੀਂ ਗੱਲ ਕਹੀ ਵੀ ਹਰ ਜਗ੍ਹਾ ਆਪਣਾ ਪਾਰਟੀ ਪ੍ਰਤੀ ਜਿਹੜੇ ਵਫ਼ਾਦਾਰ ਰਹੇ ਹਾਂ, ਅੱਜ ਵੀ ਜੇ ਤੁਸੀਂ ਗੱਲ ਕਰੋ ਤਾਂ ਓ ਬੀ ਸੀ ਦਾ ਜਿਹੜਾ ਵਾ ਉਹ ਅੰਮ੍ਰਿਤਸਰ ਦੇ ਵਿੱਚ ਨਹੀਂ, ਪੂਰੇ ਦੇਸ਼ ਦੇ ਵਿੱਚ ਅਹਿਮ ਰੋਲ ਨਿਭਾਇਆ ਵਾ ਅਤੇ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ। ਜੇ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਇੱਥੇ ਤਾਂ ਓ ਬੀ ਸੀ ਵਰਗ ਨੇ ਕਿੰਨਾ ਸਾਥ ਦਿੱਤਾ, ਉਹ ਸਰਦਾਰ ਔਜਲਾ ਜੀ ਤੁਹਾਨੂੰ ਦੱਸ ਸਕਦੇ ਆ।
ਔਰ ਕਾਂਗਰਸ ਪਾਰਟੀ ਦੇ ਜਿਹੜੇ ਨੁਮਾਇੰਦੇ ਸਾਡੇ ਜਿੰਨੇ ਪੰਜਾਬ 'ਚ ਖਲੋਤੇ ਸੀ ਉਹ ਦੱਸ ਸਕਦੇ ਆ ਵੀ OBC ਨੇ ਆਪਣਾ ਇੱਕ ਅਹਿਮ ਰੋਲ ਨਿਭਾਇਆ ਹਰ ਜਗ੍ਹਾ 'ਤੇ, ਕੋਈ ਕਸਰ ਨਹੀਂ ਛੱਡੀ। ਅਤੇ ਹੁਣ ਅਸੀਂ ਵੀ ਆਸ ਕਰਦੇ ਹਾਂ ਵੀ ਇਹ ਨੁਮਾਇੰਦੇ ਸਾਡੇ ਨਾਲ ਖਲੋ ਕੇ ਸਾਡਾ ਜਿਹੜਾ 27% ਕੋਟਾ ਵਾ ਉਹ ਲਾਗੂ ਕਰਵਾਉਣਗੇ। ਇਹ ਗੱਲ ਦਾ ਤੁਸੀਂ ਵੀ ਪੁੱਛਿਓ, ਔਜਲਾ ਸਾਹਿਬ ਤੁਹਾਨੂੰ ਦੱਸਣਗੇ ਵੀ ਸਾਡਾ ਕੀ ਰੋਲ ਸੀ, ਅਸੀਂ ਕਿੰਨਾ ਕੁ ਕੰਮ ਕੀਤਾ ਵਾ। ਪਰ ਦੇਸ਼ ਅੰਦਰ ਜੇ ਗੱਲ ਕਰ ਲਈ 27% ਕੋਟਾ ਤੁਸੀਂ ਕਹਿੰਦੇ ਪੰਜਾਬ 'ਚ ਨਹੀਂ ਹੈਗਾ, ਬਾਕੀ ਸਾਰੇ ਥਾਵਾਂ 'ਤੇ ਹੈ। ਕਿਆ ਨੁਮਾਇੰਦਗੀ ਦਿੱਤੀ ਕਾਂਗਰਸ ਨੇ, ਟਿਕਟਾਂ ਦਿੱਤੀਆਂ ਉਸ ਹਿਸਾਬ ਨਾਲ? ਬਿਲਕੁਲ, ਅਸੀਂ ਮੰਗਦੇ ਸੀਗੇ। ਗੱਲ ਇਹ ਆ ਵੀ ਜਦੋਂ ਪਿੱਛੇ ਜੇ ਸਰਦਾਰ ਚੰਨੀ ਜੀ ਦੀ ਆਪਣਾ ਸਰਕਾਰ ਸੀਗੀ, ਉਸ ਵੇਲੇ ਜਿਹੜੇ ਸਾਡੇ ਕੁਛ ਕੈਬਨਿਟ ਦੇ ਮੰਤਰੀ ਬਣਾਏ ਅਤੇ ਸਮਾਂ ਥੋੜ੍ਹਾ ਸੀਗਾ, ਅਤੇ ਹੁਣ ਅਸੀਂ ਜਿਹੜਾ ਆਪਣੇ ਕਾਂਗਰਸ ਪਾਰਟੀ ਕੋਲ ਜਿੱਥੇ ਜਿੱਥੇ ਮੰਗ ਕੀਤੀ ਆ ਅਤੇ ਉਹ ਸਾਡਾ ਜਿਹੜਾ ਬਣਦਾ ਹੱਕ ਸਾਨੂੰ ਮਿਲ ਰਿਹਾ ਵਾ। ਪੰਜਾਬ ਅੰਦਰ ਕਿੰਨੇ ਜਿਹੜੇ ਤੁਸੀਂ ਉਮੀਦਵਾਰ ਨੇ OBC ਜਿਹੜੇ ਉਤਾਰੇ ਗਏ ਤੇ? ਦੇਖੋ, ਉਹ ਤਾਂ ਅਸੀਂ ਬਹਿ ਕੇ ਸਾਰਾ ਪਾਰਟੀ ਦੇ ਨਾਲ ਕਰਾਂਗੇ। ਹੁਣ ਇਹ ਨਹੀਂ ਵੀ ਉਹ ਉਤਾਰ ਦੇਣਾ ਉੱਥੇ ਇੱਦਾਂ ਹੀ ਜਿਹਨੂੰ ਕੋਈ ਪਤਾ ਹੀ ਨਹੀਂ, ਘੱਟੋ ਘੱਟ ਕੰਮ ਤਾਂ ਪਤਾ ਹੋਣਾ ਚਾਹੀਦਾ ਨਾ ਗਾੜੀ, ਜਿਹੜੇ ਲੋਕਾਂ ਦੇ ਵਿੱਚ ਗਏ ਨੇ, ਵਿਚਰੇ ਨੇ, ਕੰਮ ਕੀਤੇ ਨੇ, ਲੋਕਾਂ 'ਚ ਵਿਚਰਦੇ ਨੇ, ਤੁਸੀਂ ਕੰਮ ਨਹੀਂ ਕਰਦੇ? ਬਿਲਕੁਲ, ਅਸੀਂ ਰਾਜਨੀਤੀ ਸਮਝ ਨਹੀਂ ਹੈ। ਬਿਲਕੁਲ ਸਮਝ ਆ ਸਾਨੂੰ, ਹੁਣ ਗਾੜੀ ਜਿਹੜੇ ਨਾਲ ਹੁਣ ਸਾਰੇ ਥੋੜ੍ਹੀ ਇੱਕੋ ਜਿਹੇ ਹੁੰਦੇ ਆ, ਸਾਨੂੰ ਸਮਝ ਆ ਤਾਂ ਦੂਜਿਆਂ ਦਾ ਇੱਕੋ ਜਿਹਾ ਥੋੜ੍ਹੀ। ਸਾਰਿਆਂ ਨੂੰ ਗੱਲ ਕਰਾਂਗੇ ਅਸੀਂ, ਜਿਹੜੇ ਬੰਦੇ ਕੰਮ ਕਰ ਰਹੇ ਅੱਜ, ਲੜਾਈ ਲੜ ਰਹੇ ਆ, ਅਤੇ ਉਹਨਾਂ ਨੂੰ ਹੀ ਗਾੜੀ ਆਉਣ ਦੇਣਾ ਚਾਹੀਦਾ ਵਾ। ਇਹ ਨਹੀਂ ਵੀ ਜਿਹੜੇ ਬੰਦੇ ਨੂੰ ਕੁਛ ਪਤਾ ਹੀ ਨਹੀਂ ਉਹ ਡੰਮੀਆਂ ਥੋੜ੍ਹੀ ਗਾੜੀ ਲੈ ਕੇ ਖੜੀਆਂ ਕਰਨੀਆਂ। ਕਾਂਗਰਸ ਪਾਰਟੀ ਨੇ ਹੀਰੇ ਤਰਾਸ਼ ਕੇ ਲਿਆਉਣੇ OBC ਦੇ ਵੀ, ਤਾਂ ਤੁਸੀਂ ਵੇਖਿਓ ਸਾਰੇ ਵਧੀਆ ਲਿਆਉਣੇ। ਪੰਜਾਬ ਦੇ ਤੁਹਾਡਾ ਨਾ, ਤੁਸੀਂ ਤਰਾਸ਼ਨੇ ਨਾ ਹੀਰੇ, ਤੁਸੀਂ ਪੰਜਾਬ ਦੇ OBC ਸੈੱਲ ਦੇ ਪ੍ਰਧਾਨ ਹੋ। ਬਿਲਕੁਲ, ਸਾਡੇ ਤੁਸੀਂ ਡਿਪਾਰਟਮੈਂਟ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਦੇਖ ਲਓ, ਬਲੋਕ ਪ੍ਰਧਾਨ ਦੇਖ ਲਓ, ਅਸੀਂ ਬਹੁਤ ਵੱਡੀ ਲਿਸਟ ਆ ਔਰ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਵਾ, ਅਤੇ ਅਸੀਂ ਕਰ ਰਹੇ ਹਾਂ। ਪਾਰਟੀ ਸਾਡੀ ਜਿੱਥੇ ਜ਼ਿੰਮੇਵਾਰੀ ਲਾਉਂਦੀ, ਅਸੀਂ ਬਿਨ ਸ਼ਰਤ ਉੱਥੇ ਹਾਜ਼ਰ ਹੋ ਜਾਂਦੇ ਹਾਂ। ਅਸੀਂ ਤਾਂ ਪਾਰਟੀ ਨੂੰ ਸਮਰਪਿਤ ਹਾਂ, ਅਤੇ ਜਿੱਥੇ ਵੀ ਸਾਡੀ ਪਾਰਟੀ ਸਾਨੂੰ ਭੇਜੂਗੀ ਅਸੀਂ ਹਾਜ਼ਰ ਹਾਂ, ਅਤੇ ਜੋ ਸਾਡਾ ਮਾਣ ਸਤਿਕਾਰ ਬਣਦਾ ਵਾ, ਜਿਹੜਾ ਸਾਡਾ ਹੱਕ ਬਣਦਾ ਵਾ, ਉਹ ਅਸੀਂ ਲਵਾਂਗੇ। ਔਰ ਸ਼੍ਰੀ ਰਾਹੁਲ ਗਾਂਧੀ ਜੀ ਤੋਂ ਸਾਨੂੰ ਆਸ ਆ, ਹੋਰ ਤਾਂ ਅਸੀਂ ਕਿਸੇ ਤੋਂ ਕੋਈ ਆਸ ਕਰਦੇ ਨਹੀਂ, ਕਿਉਂਕਿ ਜਿਹੜੇ ਬੰਦੇ ਤੋਂ ਆਸ ਆ ਉਸਨੂੰ ਹੀ ਕਹਿਣਾ ਚਾਹੀਦਾ ਵਾ। ਆਪਣਾ ਭਵਿੱਖ ਕਿੱਥੇ ਦੇਖਦੇ ਹੋ ਸਿਆਸਤ ਅੰਦਰ, ਪੰਜਾਬ ਅੰਦਰ? ਦੇਖੋ, ਮੈਂ ਤਾਂ ਉਸ ਗੁਰੂ ਦੀ ਨਗਰੀ ਤੋਂ ਹੈਗਾ ਵਾਂ, ਮੈਂ ਤਾਂ ਭਵਿੱਖ ਆਪਣਾ ਜਿਹੜਾ ਵਾ ਇੱਥੇ ਆਪਣੇ ਆਪ ਨੂੰ ਰਾਜਨੀਤਿਕ ਮੰਨਦਾ ਹੀ ਨਹੀਂ, ਅਤੇ ਅਸੀਂ ਤਾਂ ਗੁਰੂ ਦੇ ਬੱਚੇ ਹਾਂ, ਅਤੇ ਉਹਦੇ ਕਿਹੜੀ ਹੱਥ ਜੋੜ ਕੇ ਕਹੀਦਾ ਸੱਚੇ ਪਾਤਸ਼ਾਹ ਸਾਨੂੰ ਸੇਵਾ ਦੇ, ਸਾਡੀ ਇੱਜ਼ਤ ਰੱਖ। ਆਕਾਂਸ਼ਾ ਤਾਂ ਦਿਲ 'ਚ ਹੁੰਦੀ ਨਾ ਵੀ ਮੈਂ ਵੀ MLA ਬਣਾ, ਕਿਉਂਕਿ ਇੰਨੀ ਮਿਹਨਤ ਤੁਸੀਂ ਕੀਤੀ MP ਵਾਸਤੇ, ਤਾਂ ਘੱਟੋ ਘੱਟ MLA 'ਤੇ ਟਿਕਟ ਤਾਂ ਮਿਲਣੀ ਚਾਹੀਦੀ ਹੈ ਨਾ? ਦੇਖੋ, ਉਹ ਪਾਰਟੀ ਦਾ ਫੈਸਲਾ ਵਾ, ਕੋਈ ਸਾਡਾ ਜ਼ਬਰਦਸਤੀ ਨਹੀਂ ਵੀ ਜ਼ਰੂਰੀ ਅਸੀਂ MLA ਬਣਨਾ ਵਾ। ਡਿਮਾਂਡ ਕਰੋਗੇ 27 ਵਿੱਚ ਮੈਨੂੰ ਵੀ ਟਿਕਟ ਦਿੱਤੀ? ਉਹ ਦੇਖਾਂਗੇ ਜਦੋਂ ਕਿਤੇ ਆਵਾਜ਼ ਆਊਗੀ, ਜੇ ਕੋਈ ਗਾੜੀ ਹੋਊਗਾ ਤਾਂ ਫਿਰ ਹੀ ਦੇਣਗੇ, ਜਦੋਂ ਮੇਰਾ ਹੋਊਗਾ ਹੀ ਨਹੀਂ ਗਾੜੀ ਤਾਂ ਮੈਨੂੰ ਕਿੱਦਾਂ ਟਿਕਟ ਦੇ ਦੇਣਗੇ? ਕਹਿੰਦੇ ਮੇਰਾ ਹੋਲਡ ਪੂਰਾ ਆ ਪੰਜਾਬ ਦੇ, ਤੁਸੀਂ ਪ੍ਰਧਾਨ ਹੋ OBC ਸੈੱਲ ਦੇ ਹੈ, ਔਰ ਮਿਹਨਤ ਵੀ ਪੂਰੀ ਕਰਦੇ ਹੋ, ਤਾਂ ਮਿਹਨਤ ਦਾ ਫਲ ਕਿਸੇ ਮਿਲੇਗਾ? ਬਿਲਕੁਲ ਮਿਲੂਗਾ ਭਾਅ ਜੀ। ਗੱਲ ਇਹ ਆ, ਮਿਹਨਤ ਹਾਲੇ ਮੇਰੇ ਤੋਂ ਵੀ ਜ਼ਿਆਦਾ ਕਰਨ ਵਾਲੇ ਬਥੇਰੇ ਬੈਠੇ ਆ, ਮੈਂ ਕਰੂੰਗਾ, ਹੋਰ ਇਸ ਤੋਂ ਜ਼ਿਆਦਾ ਕਰੂੰਗਾ, ਜਿੱਥੇ ਮੇਰਾ ਬਣਦਾ ਹੋਊਗਾ ਹੱਕ ਉੱਥੇ ਮੈਨੂੰ ਮਿਲੂਗਾ। ਅਤੇ ਜੇਕਰ ਗਾੜੀ ਲੋਕਾਂ ਦੇ ਵਿੱਚ ਲੋਕ ਹੀ ਨਾ ਮੈਨੂੰ ਚਾਹੁਣ ਵਾਲੇ ਹੋਣਗੇ, ਤਾਂ ਮੈਂ ਟਿਕਟ ਲੈ ਕੇ ਕੱਲੀ ਕੀ ਕਰੂੰਗਾ, ਹਰਾਉਣੀ ਥੋੜ੍ਹੀ ਆ। ਜੇ ਮੇਰੀ ਆਵਾਜ਼ ਹੋਊਗੀ ਤਾਂ ਪਾਰਟੀ ਮੇਰੀ ਮੈਨੂੰ ਟਿਕਟ ਦਊਗੀ, ਇੱਥੇ ਵੀ ਆਵਾਜ਼ ਸੀ ਅਤੇ ਟਿਕਟ ਦੇਤੀ ਉਹਨਾਂ ਨੇ, ਜੇ ਮੇਰੀ ਆਵਾਜ਼ ਹੋਊਗੀ ਤਾਂ ਮੈਂ ਲੈ ਲੂੰਗਾ। ਮੇਰੀ ਇੱਛਾ ਤਾਂ ਹੋਏਗੀ ਨਾ ਕੋਈ, ਵੀ ਅੱਗੋਂ ਕੀ ਕਰਨਾ ਜ਼ਿੰਦਗੀ ਵਿੱਚ, ਹਰ ਕੋਈ ਕਹਿੰਦਾ ਮੈਂ ਇੱਥੇ ਮੁਕਾਮ 'ਤੇ ਪਹੁੰਚਣਾ ਚਾਹੁੰਦਾ, ਤੁਸੀਂ ਕਿੱਥੇ ਮੁਕਾਮ? ਬਿਲਕੁਲ ਬਿਲਕੁਲ, ਹਰ ਬੰਦੇ ਦੀ ਇੱਛਾ ਹੁੰਦੀ ਆ। ਮੇਰੀ ਇੱਛਾ ਇਹੀ ਆ ਵੀ ਮੈਂ ਆਪਣੇ ਲੋਕਾਂ ਦੀ ਸੇਵਾ ਕਰਨੀ ਆ। ਕਿਸ ਤਰ੍ਹਾਂ ਸੇਵਾ ਕਰੂੰਗੇ? ਮੈਂ ਜਿੱਦਾਂ ਕਰ ਰਿਹਾ ਤੁਹਾਡੇ ਸਾਹਮਣੇ, ਮੈਂ ਤਾਂ ਅਜੇ ਸਮਾਜ ਸੇਵੀ ਵੀ ਸੇਵਾ ਕਰ ਰਿਹਾ ਵਾਂ, ਮੇਰੀ ਤਾਂ ਸੋਚ ਜਿਹੜੀ ਹੈਗੀ ਆ ਉਹ ਇੱਕੋ ਨੂੰ ਮੈਂ ਫੋਕਸ ਕਰਾਂ। ਦਾ ਦਾਇਰਾ ਵਧਾਉਣਾ ਹੋਵੇ ਤਾਂ ਤੁਹਾਨੂੰ ਸਿਆਸਤ ਵਿੱਚ ਵੱਡਾ ਚਿਹਰਾ ਬਣਨਾ ਪੈਣਾ? ਬਣਾਂਗੇ, ਸਮਾਂ ਲੱਗੂਗਾ, ਜਿਸ ਵੇਲੇ ਮੇਰਾ ਸਮਾਂ ਆ ਗਿਆ ਉਦੋਂ ਕਿਸੇ ਨੂੰ ਰੋਕਣਾ ਨਹੀਂ, ਕਿਉਂਕਿ ਜਦੋਂ ਮੇਰਾ ਸਮਾਂ ਆ ਗਿਆ ਨਾ ਉਦੋਂ ਮੈਨੂੰ ਆਪਣੇ ਆਪ ਹੀ ਪਰਮਾਤਮਾ ਨੇ ਲੈ ਆਉਣਾ, ਤੁਸੀਂ ਸਾਰਿਆਂ ਨੇ ਲੈ ਆਉਣਾ, ਤੁਹਾਡੇ ਸੰਯੋਗ ਨਾਲ ਹੀ ਆਉਣਾ, ਕਦੀ ਉਸ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। ਅਸੀਂ ਤਾਂ ਉਹਦੀ ਰਜ਼ਾ 'ਚ ਰਹਿਣ ਵਾਲੇ ਬੰਦੇ ਹਾਂ, ਜਿਹੜੀ ਨਗਰੀ 'ਚ ਰਹਿੰਦੇ ਹਾਂ ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੁੰਦਾ, ਮੈਂ ਤਾਂ ਉਹਦੇ ਹੁਕਮ ਅੰਦਰ ਚੱਲਣ ਵਾਲਾ ਬੰਦਾ। ਰਣਨੀਤੀ ਅਪਣਾਈ ਸੀਗੀ ਐਜ਼ ਕਿ OBC ਵਰਗ ਨੂੰ ਆਪਣੇ ਨਾਲ ਜੋੜਨ ਵਾਸਤੇ, ਕਾਂਗਰਸ ਨਾਲ ਜੋੜਨ ਵਾਸਤੇ? ਦੇਖੋ, ਸਾਡੇ ਲੋਕਾਂ ਨੂੰ ਤਾਂ ਇਹੀ ਬੇਨਤੀ ਸੀ ਸਾਡੀ ਵੀ ਜਿਹੜਾ ਆਪਣਾ ਹੱਕ ਆ ਜੇਕਰ ਲੈਣਾ ਤਾਂ ਅਸੀਂ ਇਕਜੁੱਟ ਹੋਈਏ। ਅੱਜ ਲੜਾਈ ਅਸੀਂ ਸਾਰੇ ਰਲ ਮਿਲ ਕੇ ਸੰਵਿਧਾਨ ਦੀ ਲੜ ਰਹੇ ਸੀ, ਸਾਡਾ ਦੇਸ਼ ਆ ਅਤੇ ਅਸੀਂ ਹਾਂ, ਇਸ ਦੇਸ਼ ਦੇ ਲਈ ਬਹੁਤ ਕੁਰਬਾਨੀਆਂ ਹੋਈਆਂ ਵਾ।
ਅੱਜ ਦੇਸ਼ ਦੇ ਵਿੱਚ ਘੱਟ ਗਿਣਤੀਆਂ ਨਾਲ ਧੱਕੇ ਹੋਣ ਡਿਆ ਪਏ, ਧਰਮ ਦੇ ਨਾਮ 'ਤੇ ਰਾਜਨੀਤੀ ਹੋਣ ਡਿਆ ਪਈ। ਅੱਜ ਸਾਨੂੰ ਸਾਰਿਆਂ ਨੂੰ ਰਾਜਨੀਤੀ ਤੋਂ ਉੱਠ ਕੇ ਇੱਕ ਹੋਣ ਦੀ ਲੋੜ ਸੀ, ਅਤੇ ਉਹ ਕਾਂਗਰਸ ਪਾਰਟੀ ਉਸ ਵਿੱਚ ਕਾਮਯਾਬ ਹੋਈ ਆ। ਅਸੀਂ ਸਾਰਿਆਂ ਨੇ ਰਲ ਕੇ ਆਪਣੀ ਸੰਵਿਧਾਨ ਦੀ ਲੜਾਈ ਮਿਲੀ, ਇਹਦੇ ਲਈ ਮੈਂ ਮਤਲਬ ਪ੍ਰਾਊਡ ਫੀਲ ਕਰਦਾ ਕਿ ਅਸੀਂ ਜਿਹੜਾ ਸੰਵਿਧਾਨ ਦੀ ਲੜਾਈ ਲੜੀ ਆ। ਅਗਲਾ ਨਿਸ਼ਾਨਾ ਰਹੇਗਾ ਪੰਜਾਬ ਅੰਦਰ 27% ਕੋਟਾ ਜਿਹੜਾ ਕਿ ਮੁਹੱਈਆ ਕਰਵਾਉਣਾ OBC ਨੂੰ? ਬਿਲਕੁਲ ਜੀ, ਕੋਟਾ ਵੀ ਲਾਗੂ ਕਰਵਾਵਾਂਗੇ ਔਰ ਪੰਜਾਬ ਵਿੱਚ ਸਰਕਾਰ ਵੀ ਬਣਾਵਾਂਗੇ ਔਰ ਪੰਜਾਬ ਨੂੰ ਫਿਰ ਤਰੱਕੀ ਦੇ ਰਾਹ 'ਤੇ ਲੈ ਕੇ ਜਾਵਾਂਗੇ। ਇਹਨੇ ਸਰਜੀਤ ਸਿੰਘ ਸੋਨੂੰ ਜੰਡਿਆਲਾ ਜਿਹੜੇ ਕਿ ਆਖਰੇ ਨੇ ਵੀ ਇਸ ਵਾਰ ਜਿਹੜੇ ਕਿ ਲੋਕ ਸਭਾ ਇਲੈਕਸ਼ਨ ਹੋਏ ਨੇ ਉਸ ਵਿੱਚ OBC ਸੈੱਲ ਦੀ ਕਾਫੀ ਜਿਹੜੀ ਕਿ ਮਹੱਤਵਪੂਰਨ ਭੂਮਿਕਾ ਰਹੀ ਹੈ, ਪਰ ਇੱਕ ਵੱਡੀ ਜਿਹੜੀ ਕਿ OBC ਔਰ BC ਸੈੱਲ ਨੂੰ ਦਿੱਕਤ ਆ ਰਹੀ ਹੈ, ਲੋਕਾਂ ਨੂੰ ਦਿੱਕਤ ਆ ਰਹੀ ਹੈ ਕਿ ਇੱਥੇ ਪੰਜਾਬ ਅੰਦਰ ਉਹਨਾਂ ਦਾ 27% ਕੋਟਾ ਜਿਹੜਾ ਕਿ ਉਹ ਰਾਖਵਾਂ ਨਹੀਂ ਹੈ। ਬਾਕੀ ਦੇਸ਼ ਦੀ ਗੱਲ ਕਰ ਲਈਏ ਤਾਂ ਉੱਥੇ 27% ਕੋਟਾ ਰਾਖਵਾਂ, ਪਰ ਵੱਡਾ ਜਿਹੜਾ ਕਿ ਰਾਜ ਕੀਤਾ ਦੇਸ਼ ਅੰਦਰ ਅਤੇ ਪੰਜਾਬ ਅੰਦਰ ਕਾਂਗਰਸ ਨੇ, ਪਰ ਕਾਂਗਰਸ ਨੇ ਉਹਨਾਂ ਦੀ ਸਾਰ ਨਹੀਂ ਲਈ। ਪਰ ਜਦੋਂ ਇਲੈਕਸ਼ਨ ਆਉਂਦੀਆਂ ਨੇ ਉਦੋਂ ਜ਼ਰੂਰ ਯਾਦ ਕੀਤਾ ਜਾਂਦਾ OBC BC ਸੈੱਲ ਨੂੰ, ਤਾਂ ਆਸ ਇਹੀ ਕਰਦੇ ਹਾਂ ਬਈ ਜਿਹੜਾ ਵੀ ਇਹਨਾਂ ਦਾ ਬਣਦਾ ਹੱਕ ਹੈ, ਜਿਹੜਾ ਇਹਨਾਂ ਦਾ ਕੋਟਾ ਹੈ, ਉਹ ਇਹਨਾਂ ਨੂੰ ਜ਼ਰੂਰ ਮੁਹੱਈਆ ਕਰਵਾਇਆ ਜਾਵੇਗਾ। ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ, ਦੈਨਿਕ ਸਵੇਰਾ TV, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।